जीरकपुर के निकटवर्ती गांव नगला में उद्योग से होने वाले प्रदूषण से परेशान होकर जीरकपुर में लगभग दर्जन अपार्टमेंट्स के लोगों ने शुक्रवार को विरोध प्रदर्शन किया। मोतिया रॉयल सिटी में संयुक्त कार्रवाई समिति के अध्यक्ष सुखदेव चौधरी की अध्यक्षता में हुई बैठक में सभी समाजों के RWA अध्यक्षों और अन्य प्रतिनिधियों ने भाग लिया। ਸਾਡਾ ਸਿਰਫ ਇੱਕੋ ਮਕਸਦ ਹੈ ਕਿ ਜਿੰਨੀਆਂ ਵੀ ਇੱਥੇ ਰੈਜੀਡੈਂਸ਼ੀਅਲ ਸੁਸਾਇਟੀਆਂ ਹੈਗੀਆਂ ਨੇ, ਲੋਕ ਰਹਿ ਰਹੇ ਨੇ ਇੱਥੇ ਬਹੁਤ, ਉਹਨਾਂ ਨੂੰ ਇੱਕੋ ਸਿਰਫ ਫੈਕਟਰੀ ਦਾ ਜਿਹੜਾ ਇਹ ਪੋਲਿਊਸ਼ਨ ਹੈ, ਧੂੰਆਂ ਹੈ, ਇਹ ਇੰਨਾ ਗੰਦਾ ਹੈ ਕਿ ਇੱਕ ਤਰੀਕੇ ਨਾਲ ਲਾਸ਼ਾਂ ਸਾੜ ਰਹੇ ਨੇ ਔਰ ਉਹਦਾ ਧੂੰਆਂ ਜਿਹੜਾ ਹੈ ਜਦੋਂ ਵੀ ਇੱਧਰ ਹਵਾ, ਸਾਰੀਆਂ ਨੇੜੇ ਤੇੜੇ ਰੈਜੀਡੈਂਸ਼ੀਅਲ ਸੁਸਾਇਟੀਆਂ ਨੇ, ਇਹ ਜਿਹੜੀ ਅਜੇ ਗੈਲਾਟਾਈਨ ਪ੍ਰੋਡਕਟਸ ਨੇ, ਇਹਨਾਂ ਨੇ ਇੰਨਾ ਕੁ ਪੋਲਿਊਸ਼ਨ ਇੱਥੇ ਕਰ ਰੱਖਿਆ। ਲੇਕਿਨ ਬਹੁਤ ਟਾਈਮ ਤੋਂ ਅਸੀਂ ਸਾਰੀਆਂ ਸੁਸਾਇਟੀਆਂ ਦੇ ਲੋਕ ਇੱਥੇ ਘੱਟੋ ਘੱਟ 20,000 ਲੋਕ ਰਹਿੰਦੇ ਨੇ, ਲੇਕਿਨ ਇਹਨਾਂ ਦੇ ਕੋਈ ਵੀ ਜੂ ਨਹੀਂ। ਸਰਕਾਰੀ ਸਰਕਾਰ ਵੱਲੋਂ ਵੀ ਅਸੀਂ ਹਰ ਤਰੀਕੇ ਨਾਲ ਉਹਨਾਂ ਨੂੰ ਲੈਟਰ ਪਾ ਕੇ ਦੇਖ ਲਏ, ਕੁਛ ਕੋਈ ਨਹੀਂ ਹੋਇਆ। ਅਸੀਂ ਹੁਣ ਇਹ ਬੜਾ ਸ਼ਾਂਤੀਪੂਰਨ ਢੰਗ ਨਾਲ ਅਸੀਂ ਇਹਨੂੰ ਕਰ ਰਹੇ ਹਾਂ, ਪੂਰਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਪੂਰਾ ਡਿਸਟੈਂਸ ਮੇਨਟੇਨ ਕਰਕੇ ਆਰਾਮ ਨਾਲ ਬੈਠੇ ਹਾਂ ਤਾਂ ਕਿ ਸਾਡੀ ਆਵਾਜ਼ ਜਿਹੜੀ ਹੈ ਉਹ ਉੱਥੋਂ ਤੱਕ ਪਹੁੰਚੇ ਸ਼ਾਂਤੀਪੂਰਨ ਢੰਗ ਨਾਲ। ਜੇ ਇਹ ਸਾਡੀ ਗੱਲ ਨਹੀਂ ਸੁਣਨਗੇ, ਫਿਰ 21 ਸਤੰਬਰ ਤੋਂ ਬਾਅਦ ਜਦੋਂ ਇਹਨਾਂ ਨੇ ਥੋੜ੍ਹਾ ਖੋਲ੍ਹਿਆ ਤਾਂ ਅਸੀਂ ਪੂਰਾ ਨੈਸ਼ਨਲ ਹਾਈਵੇ, ਜਿੰਨੇ ਵੀ ਇੱਥੋਂ ਦੇ ਰੈਜੀਡੈਂਟ ਉਹ ਸਾਰੇ ਪੂਰੇ ਨੈਸ਼ਨਲ ਹਾਈਵੇ 'ਤੇ ਸ਼ਾਂਤੀਪੂਰਨ ਢੰਗ ਨਾਲ ਅਸੀਂ ਉੱਥੇ ਵੀ ਫਿਰ ਪ੍ਰਦਰਸ਼ਨ ਕਰਾਂਗੇ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।